ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਇਸ ਕਰਕੇ ਲਾਈਵ ਹੋ ਰਿਹਾ ਕਿ ਜਦੋਂ ਅਖਬਾਰਾਂ ਵੱਲ ਦੇਖਦੇ ਆ ਤਾਂ ਦੁੱਖ ਮਨਾਉਣ ਤੋਂ ਬਿਨਾ ਸਾਡੇ ਕੋਲ ਹੋਰ ਕੁਝ ਨਹੀਂ ਹੁੰਦਾ ਕਿ ਕੇਜਰੀਵਾਲ ਨੇ ਭੁੱਲਰ ਸਾਹਿਬ ਦੀ ਰਹਾਈ ਦੀ ਫਾਈਲ 7ਵੀਂ ਵਾਰ ਵੀ ਮੋੜੀ 7ਵੀਂ ਵਾਰ ਕੇਜਰੀਵਾਲ ਨੇ ਉਹ ਫਾਈਲ ਮੋੜਤੀ ਜਿਹਦੇ ਤੇ 27 28 ਸਾਲ ਤੋਂ ਨજરਬੰਦ ਕੈਦ ਜੇਲ ਹੋਇਆ ਬੰਦਾ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਜੀ ਭੁੱਲਰ ਨੂਰ ਹਾ ਕਰਨ ਬਾਰੇ ਉਹਦੇ ਕੋਲ ਪਾਵਰ ਦੁੱਖ ਤਾਂ ਅਸੀਂ ਮਨਾ ਲੈਂਦੇ ਆ ਸਾਰੇ ਸੰਸਾਰ ਚ ਇਸ ਟੈਮ ਦੁੱਖ ਹੋ ਜਾਂਦਾ ਇਕਦਮ ਰਿਪੋਰਟ ਸੋਸ਼ਲ ਮੀਡੀਆ ਰਾਹੀਂ ਸਾਰੇ ਸੰਸਾਰ ਚ ਪਹੁੰਚ ਜਾਂਦੀ ਹੈ ਕਿ ਪ੍ਰੋਫੈਸਰ ਭੁੱਲਰ ਦੀ ਜਿਹੜੀ ਰਿਹਾਈ ਦੀ ਫਾਈਲ ਹੈ ਉਹਦੇ ਤੇ ਫਿਰ ਦਿੱਲੀ ਦੇ ਮੁੱਖ ਮੰਤਰੀ ਨੇ ਦਸਤਖਤ ਨਹੀਂ ਕੀਤੇ ਪਰ ਇਹਨਾਂ ਸਾਰੇ ਦੁੱਖਾਂ ਦੇ ਪਿੱਛੇ ਸਿੱਖਾਂ ਨਾਲ ਮੈਂ ਇੱਕ ਬੇਨਤੀ ਰੂਪ ਚ ਗੱਲ ਕਰਨਾ ਚਾਹੁੰਨਾ ਕਿ ਜੇ ਕੇਜਰੀਵਾਲ ਨੇ ਸੱਤਵੀਂ ਵਾਰ ਮੋੜੀ ਹੈ ਭਗਵੰਤ ਮਾਨ ਨੂੰ ਅਸੀਂ ਫੇਰ ਪਾਵਰ ਦੇਤੀ ਵੀ ਕੇਜਰੀਵਾਲ ਦੀਆਂ ਇੱਕ ਨਹੀਂ ਦੋ ਸਰਕਾਰਾਂ ਹੋ ਜਾਣਾਂ ਤੇ ਦੂਜੀ ਸਰਕਾਰ ਵੀ ਉਹੀ ਕਰ ਰਹੀ ਹੈ ਪੰਜਾਬ ਵਾਲੀ ਜੋ ਦਿੱਲੀ ਵਾਲੀ ਕਰੀ ਜਾਂਦੀ ਹੈ ਕਿਉਂਕਿ ਇਹਨਾਂ ਦਾ ਸੁਪਰੀਮੋ ਤਾਂ ਕੇਜਰੀਵਾਲ ਹੀ ਹੈ ਨਾ ਪਰ ਪੰਜਾਬ ਦੇ ਲੋਕ ਕਦੋਂ ਫੈਸਲਾ ਕਰਨਗੇ ਕਿ ਪਾਵਰ ਕਿਸੇ ਬੰਦੇ ਦੀ ਨਹੀਂ ਹੁੰਦੀ ਕੇਜਰੀਵਾਲ ਕੋ ਇੰਨਾ ਤਕੜਾ ਨਹੀਂ ਹੈ ਜਿਵੇਂ ਭਗਵੰਤ ਮਾਨ ਜਾਂ ਪਹਿਲੇ ਉਸ ਕੁਰਸੀ ਕੋਲ ਪਾਵਰ ਹੈ ਜਿਹੜੀ ਕੁਰਸੀ ਅਸੀਂ ਬਿਨਾਂ ਸੋਚੇ ਸਮਝੇ ਸਿੱਖਾਂ ਦੇ ਤੇ ਪੰਜਾਬ ਦੇ ਉਲਟ ਜਾਣ ਵਾਲੇ ਲੋਕਾਂ ਨੂੰ ਹੁਕਮਰਾਨ ਬਣਾ ਦਿੰਨੇ ਆ ਹੁਣ ਸਧਾਰਨ ਲੋਕਾਂ ਨੂੰ ਅਸੀਂ ਖੁਦ ਪੰਜਾਬ ਦੇ ਲੋਕ ਹੁਕਮਰਾਨ ਬਣਾਉਣੇ ਆ ਦਰਬਾਰੇ ਸਿੰਘ ਤੋਂ ਲੈ ਕਰਕੇ ਜਾਂ 78 ਤੋਂ ਬਾਦਲ ਤੋਂ ਲੈ ਕਰਕੇ ਮੈਂ ਕਹਾ ਕਿੰਨੀਆਂ ਸਰਕਾਰਾਂ ਤੁਸੀਂ ਬਣਾਈਆਂ ਨੇ ਪੰਜਾਬ ਦੇ ਲੋਕਾਂ ਨੇ ਜੇ ਪ੍ਰਕਾਸ਼ ਸਿੰਘ ਬਾਦਲ ਬੜਾਇਆ 78 ਚ ਉਨੇ ਸਿੱਖ ਮਰਵਾਤੇ ਨਰਨਕਾਰੀਆਂ ਤੋਂ ਤੇ ਉਹਦਾ ਅੱਜ ਤੱਕ ਨਿਰਣਾ ਨਹੀਂ ਹੋ ਸਕਿਆ ਤੁਸੀਂ ਗੱਲਾਂ ਕਰਦੇ ਹੋ ਨਾ ਅੱਜ ਤੱਕ 1978 ਦੇ ਕਤਲੇਆਮ ਦਾ ਕੋਈ ਇਨਸਾਫ ਸਾਨੂੰ ਨਹੀਂ ਮਿਲਿਆ ਜੇ 81 'ਚ ਫਿਰ ਬਾਦਲ ਤੋਂ ਤੁਸੀਂ ਤੰਗ ਆਏ ਤੁਸੀਂ ਦਰਬਾਰਾ ਸਿੰਘ ਬਣਾਤਾ ਦਰਬਾਰਾ ਸਿੰਘ ਨੇ ਤੁਹਾਡੀ ਪਾਣੀਆਂ ਦੀ ਫਾਈਲ ਹੀ ਸੁਪਰੀਮ ਕੋਰਟ ਤੱਕ ਲਈ ਕਿਉਂਕਿ ਇੰਦਰਾ ਗਾਂਧੀ ਚਾਹੁੰਦੀ ਸੀ ਫਿਰ ਤੁਸੀਂ ਸਰਜੀਤ ਸਿੰਘ ਬਰਨਾਲਾ ਬਣਾਤਾ ਸਰਜੀਤ ਸਿੰਘ ਬਰਨਾਲੇ ਨੇ ਤੁਹਾਡੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨ ਨਕਉਦਰ ਚਮਾਰ ਤੇ ਅਜੇ ਤੱਕ ਫੈਸਲਾ ਨਹੀਂ ਹੋ ਸਕਿਆ ਜਿਹੜਾ ਉਸ ਟਾਈਮ ਐਸ ਡੀ ਐਮ ਸੀ ਦਰਬਾਰਾ ਸਿੰਘ ਗੁਰੂ ਉਹਨੂੰ ਬਾਦਲ ਨੇ ਚੀਫ ਸੈਕਟਰੀ ਬਣਾਤਾ ਪੰਜਾਬ ਦਾ ਤੇ ਹੁਣ ਉਹਨੂੰ ਐਮ ਐਲ ਏ ਐਮ ਐਲ ਏ ਦੇ ਟਿਕਟਾ ਦੇਤੀ ਫਿਰ ਰਾਸ਼ਟਰਪਤੀ ਰਾਜ ਆ ਗਿਆ ਉਹਨੇ ਤੁਹਾਡੇ ਮੁੰਡੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਤੇ ਤੁਹਾਡਾ ਜਥੇਦਾਰ ਕੱਟ-ਕੱਟ ਕੇ ਮਾਰਦਾ ਤੁਸੀਂ ਇਹਨਾਂ ਹਾਲਾਤਾਂ ਤੋਂ ਤੰਗ ਆ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਸਤਨ ਵਿੱਚ ਦੇਤਾ ਉਹਨੇ ਕਿਹਾ ਵੀ ਤੁਹਾਡੇ ਮੁੰਡੇ ਰਿਹਾ ਕਰਦਾਗਾ ਮਹੀਨੇ ਦੇ ਵਿੱਚ ਵਿੱਚ ਉਹ ਅੱਜ ਵੀ ਬੰਦੀ ਸਿੰਘ ਨੇ ਜਿਹੜੇ ਸਤਨ ਵਿੱਚ ਸੀਗੇ ਫਿਰ ਅਮਰਿੰਦਰ ਤੁਸੀਂ ਯੂਨਿਟ ਆਇਆ ਅਮਰਿੰਦਰ ਲਿਆਂਦਾ ਅਮਰਿੰਦਰ ਨੇ ਵੀ ਹੋਏ ਕੁਝ ਕੀਤਾ ਫਿਰ ਬਾਦਲ ਲਿਆਂਦਾ ਫਿਰ ਬਾਦਲ ਲਿਆਂਦਾ ਫਿਰ ਅਮਰਿੰਦਰ ਲਿਆਂਦਾ ਇਹ ਸਾਰਾ ਅਡ ਅਡ ਸਰਕਾਰਾਂ ਦਾ ਬੇਰਵਾ ਦੇ ਰਿਆ ਮੈਂ ਫਿਰ ਅਖਬਾਰਾਂ ਵਿੱਚ ਤਾਂ ਇਹ ਖਬਰਾਂ ਲੱਗੜੀਆਂ ਨੇ ਨਾ ਵੀ 7ਵੀਂ ਵਾਰ ਵੀ ਉਹ ਫਾਈਲ ਤੇ ਦਸਤਕਤ ਨਹੀਂ ਕੀਤੇ ਉਹ ਦਸਤਕਤ ਕਰਨ ਵਾਲੇ ਹੈ ਕੌਣ ਨੇ ਉਹ ਬਣਾਏ ਕਿਨੇ ਨੇ ਇਸ ਪਾਸੇ ਕਦੋਂ ਧਿਆਨ ਦੇਵਾਂਗੇ ਅਸੀਂ ਉਹਨਾਂ ਨੂੰ ਦਸਤਕਤ ਕਰਨ ਦੀ ਪਾਵਰ ਜੇ ਇਹੀ ਪਾਵਰ ਤੁਸੀਂ ਸਿਮਰਨਜੀਤ ਸਿੰਘ ਮਾਣ ਨੂੰ ਦਿੱਤੀ ਹੁੰਦੀ ਕੀ ਉਸ ਪ੍ਰੋਫੈਸਰ ਭੁੱਲਰ ਦੀ ਫਾਈਲ ਤੇ ਸਾਈਨ ਨਾ ਕਰਦਾ ਇਹ ਸੋਚੋ ਹਕੂਮਤ ਤੁਹਾਡੇ ਵਡੇਰਿਆਂ ਨੇ ਵੀ ਉਸ ਜਮਾਨੇ ਦੇ ਰਿਵਾਜ ਮੁਤਾਬਕ ਖੋਈ ਹੈ ਚਾਹੇ ਅਬਦਾਲੀ ਆਇਆ ਚਾਹੇ ਮੋਗਲ ਆਏ ਚਾਹੇ ਕੋਈ ਆਏ ਤੁਹਾਡੇ ਵਡੇਰਿਆਂ ਨੇ ਗੁਰੂ ਦੀ ਸਿੱਖਿਆ ਮੁਤਾਬਕ ਬੰਦਾ ਸਿੰਘ ਬਹਾਦਰ ਤੋਂ ਲੈ ਕਰਕੇ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਤੱਕ ਹਕੂਮਤ ਖੋਈ ਹੈ ਜੋ ਉਸ ਟਾਈਮ ਰਿਵਾਜ ਸੀ ਅੱਜ ਰਿਵਾਜ ਵੋਟਾਂ ਦਾ ਹੈ ਤਾਂ ਵੋਟਾਂ ਵੀ ਤੁਹਾਨੂੰ ਉਸੇ ਧਿਰ ਕੋਲ ਪਾ ਕੇ ਇਹਨਾਂ ਤੋਂ ਖੋਣੀ ਪਏਗੀ ਜਿਹੜਾ ਮਹਾਰਾਜੇ ਰਣਜੀਤ ਸਿੰਘ ਵਾਲਾ ਬੰਦਾ ਸਿੰਘ ਬਹਾਦਰ ਵਾਲਾ ਮਿਸਲਾਂ ਵਾਲਾ ਕਰੈਕਟਰ ਰੱਖਦਾ ਹੋਏਗਾ ਆਲੂ ਵਾਲੀਆ ਜੱਸਾ ਸਿੰਘ ਜੀ ਆਲੂ ਵਾਲੀਆ ਵਰਗਾ ਜੱਸਾ ਸਿੰਘ ਜੀ ਰਾਮਗੜੀਆ ਸਾਹ ਵਰਗਾ ਭਾਈ ਮਨੀ ਸਿੰਘ ਜੀ ਵਰਗਾ ਮਤਲਬ ਕਿ ਉਹ ਜੇਰਾ ਤੇ ਉਹ ਸੋਚ ਰੱਖਦਾ ਹੋਊਗਾ ਸੋ ਮੇਰੀ ਬੇਨਤੀ ਆ ਹੱਥ ਜੋੜ ਕੇ ਪੰਜਾਬ ਵਾਸੀਓ ਕਿ ਆਪਣੇ ਵਡੇਰਿਆਂ ਵਾਂਗ ਸੱਤਾ ਨੂੰ ਖੋਲ ਹੋ ਇਹਨਾਂ ਕੋਲੋਂ ਆ ਆਪ ਵੀ ਉਸ ਰਸਤੇ ਤੋਂ ਤੁਰ ਗੀ ਜਿਹੜੀਆਂ ਪਹਿਲਾਂ ਰਾਜ ਕਰਦੀਆਂ ਨੇ ਉਹ ਤੁਹਾਨੂੰ ਪਤਾ ਨੇ ਚਾਹੇ ਕਾਂਗਰਸ ਐ ਚਾਹੇ ਭਾਜਪਾ ਐ ਚਾਹੇ ਬਾਦਲ ਐ ਹੁਣ ਆਪ ਐ ਇਸ ਸਾਰੇ ਇਹ ਖਬਰਾਂ ਲੁਵਾਉਂਦੇ ਰਹਿਣਗੇ ਅੱਜ 7ਵੀਂ ਵਾਰ ਹੋਈ ਐ ਨਾ ਜੇ ਮੈਂ ਜ਼ਿੰਦਾ ਰਿਹਾ ਤਾਂ 8ਵੀਂ ਵਾਰ ਦੀ ਖਬਰ ਵੀ ਆਪਾਂ ਪੜਾਂਗੇ ਪਰ ਵੋਟਾਂ ਆਪਾਂ ਪਾਵਾਂਗੇ ਇਹਨਾਂ ਦલાਲ ਲੋਕਾਂ ਨੂੰ ਇਸ ਕਰਕੇ ਮੈਂ ਇਹ ਕਹਿੰਨਾ ਇਹ ਨਾ ਕੋਈ ਅਗਲੇ ਟਾਈਮ ਵਿੱਚ ਕਹੇ ਕਿ ਜਦੋਂ ਇਹ ਵੋਟਾਂ ਵਾਲੀ ਗੱਲ ਚੱਲ ਰਹੀ ਸੀ ਕੀ ਕੋਈ ਧਿਰ ਸੀ ਜਿਹਨੂੰ ਵੋਟ ਪਾਉਂਦੀ ਹਾਂ ਮੈਂ ਤਾਂ ਬੋਲਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਪਾਰਟੀ ਬਣੀ ਹੈ ਆਪਣੀ ਨਵੇਕਲੀ ਸੋਚ ਜਿਹੜੀ ਸੰਜਨ ਜਰਨੈਲ ਸਿੰਘ ਤੋਂ ਅੱਗੇ ਤੋਰੀ ਹੈ ਅਸੀਂ ਉਤਾਰ ਰਹੇ ਆ حکومਤੀ ਜ਼ਬਰ برداشت ਕਰ ਰਹੇ ਆ ਕਰਨਾ ਪੈਂਦਾ ਅਸੀਂ ਕੋਈ ਆਸਾਨ ਨਹੀਂ ਕਰਦੇ ਪਰ ਇਹ ਇੱਕ ਲਾਈਨ ਜ਼ਰੂਰ ਲਿਖੀ ਜਾ ਰਹੀ ਹੈ ਕਿ ਜਿੱਥੇ ਤੁਸੀਂ ਬੇਪਰਵਾਦੀ ਸੋਚ ਵਾਲਿਆਂ ਨੂੰ ਹਕੂਮਤ ਦਿੰਦੇ ਰਹੇ ਹੋ ਤੇ ਉਹਨਾਂ ਤੋਂ ਆਸ ਕਰਦੇ ਰਹੇ ਹੋ ਕਿ ਉਹ ਸਿੱਖਾਂ ਦੇ ਭਲੇ ਦੇ ਪੰਜਾਬ ਦੇ ਭਲੇ ਦੇ ਫੈਸਲੇ ਕਰਨਗੇ ਇਹ ਸੋਚ ਪੰਜਾਬ ਵਾਲੇ ਲੋਕੋ ਤੁਹਾਡੀ ਗਲਤ ਹੈ ਜਦੋਂ ਤੁਸੀਂ ਵਿਪਰਵਾਦ ਵਾਲਿਆਂ ਨੂੰ ਵੋਟ ਪਾਉਂਗੇ ਤਾਂ ਰਿਜ਼ਲਟ ਇਹ ਹਜੇ ਹੀ ਨਿਕਲਣਗੇ ਜਿਹੜੇ ਅਖਬਾਰ ਚ ਖਬਰ ਲੱਗੀ ਹੈ ਜੇ ਤੁਸੀਂ ਸਿੱਖਾਂ ਵਾਲੇ ਇੱਕ ਸਿਮਰਨਜੀਤ ਸਿੰਘ ਮਾਨ ਬਣਾਇਆ ਪਾਰਲੀਮੈਂਟ ਦੇ ਰਿਕਾਰਡ ਚ ਲਿਖ ਦਿੱਤਾ ਵੀ ਸਾਡਾ ਖੰਡਾ ਮਾਰਿਆ ਸਾਡਾ ਨਿੱਜਰ ਮਾਰਿਆ ਸਾਡੇ ਪੰਨੂ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਪੰਜਵੜ ਮਾਰਿਆ ਇਹ ਕੌਣ ਕਹੇ ਇਹ ਕਹੇ ਸਿਮਰਨਜੀਤ ਸਿੰਘ ਜੇ ਤੁਸੀਂ ਬਣਾਇਆ ਨਾ ਤਾਂ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ਦੇ ਰਿਕਾਰਡ 'ਚ ਇਹ ਲਿਆਂਦਾ ਪਰ ਪਹਿਲੇ ਤੇ ਪਿਛੋਂ ਦੇ ਤੁਹਾਡੇ ਕੋਈ ਐਮਪੀ ਚਾਹੇ ਕਾਂਗਰਸ ਦੇ ਹੋਣ ਚਾਹੇ ਭਾਜਪਾ ਦੇ ਹੋਣ ਚਾਹੇ ਬਾਦਲਾਂ ਦੇ ਹੋਣ ਚਾਹੇ ਆਪ ਦੇ ਹੋਣ ਚੁਣ ਕੇ ਤਾਂ ਉਹ ਵੀ ਪੰਜਾਬ ਤੋਂ ਗਏ ਨੇ ਵੋਟਾਂ ਤਾਂ ਉਹਨਾਂ ਨੂੰ ਵੀ ਸਿੱਖਾਂ ਨੇ ਪਾਈਆਂ ਨੇ ਪਰ ਉਹ ਕਿਉਂ ਨਹੀਂ ਪਾਰਲੀਮੈਂਟ ਦੇ ਵਿੱਚ ਬੋਲਦੇ ਸਿਮਰਨਜੀਤ ਸਿੰਘ ਮਾਨ ਦਾ ਸਾਥ ਹੀ ਦੇ ਦੇਣ ਨਹੀਂ ਦਿੰਦੇ بس ਇਹ ਕਾਰਨ ਸਮਝ ਜਾਓ ਮੈਨੂੰ ਨਹੀਂ ਲੱਗਦਾ ਕਿ ਜਿਸ ਪੰਜਾਬੀ ਦੇ ਵਿੱਚ ਮੈਂ ਬੋਲਦਾ ਪੰਜਾਬ ਦੇ ਲੋਕਾਂ ਨੂੰ ਤੇ ਸਿੱਖਾਂ ਨੂੰ ਸਾਰੀ ਦੁਨੀਆ ਦੇ ਵਿੱਚ ਇਹ ਗੱਲਾਂ ਸਮਝਣਾ ਆਈਆਂ ਹੋਣ ਸੋ ਆਪਾਂ ਸਾਰੇ ਇੱਕ ਹੋ ਕੇ ਹਕੂਮਤ ਨੂੰ ਬਦਲੀਏ ਤਾਂ ਜੋ ਸਿੱਖ ਸਿਆਸਤ ਆਪਣੇ ਪੈਰ ਜਮਾ ਸਕੇ ਇਸ ਧਰਤੀ ਤੇ ਜਿਹੜੀ ਸਾਡੀ ਹੈ ਵਾਹਿਗੁਰੂ ਜੀ ਕਾ ਖਾਲਸਾ